बसमिल्लर रहीम अल्हदुल्ल रबिलमीन व आके बातुमरतिन असलातो वसलामाम सैदलम्बिया वमरसली ख़ातमनबीन अबूअल काम मुहमद अल्ला मुहम्मद व आल मुहमद अज दो मुहर्रम के हवाले नाल एन ट्वेंटी टू न्यूज़ तो मैं जाकर सैयद मुकर्रब अब्बास किरमानी थोड़े नाल मुखातब हाँ या रब ये तार सांस की जब तक चली रहे या रब ये तार सांस की जब तक चली रहे दिल की कली विलाए अली से खिली रहे और दुनिया की नेमतें न मिलें कोई गम नहीं मुझको गमें हुसैन की दौलत मिली रहे नाजरीन क़राम, दो मुहर्रमुल हराम इमाम हुसैन अलैहिस्सलाम, करबला ज़मीन ते पहुँचे। करबला दा नाम नैनवा भी आख्या गया है दशत करबला भी आख्या गया है करबला इस वजह तो आख्या गया है कि दुखा ते मुसीबत दी, इंतहा नाम है क़रबोबला। ਇਸ ਕਰਬਲਾ ਦੀ ਜ਼ਮੀਨ ਤੇ ਬੜੇ ਅੰਬੀਆ ਆਏ ਇਮਤਿਹਾਨ ਦੇਵਨ ਵਾਸਤੇ ਲੇਕਿਨ ਇਹ ਜ਼ਮੀਨ ਨੇ ਕਰਬਲਾ ਨੂੰ ਆਬਾਦ ਨਹੀਂ ਕਰ ਸਕੇ ਕਿ ਕਿ ਦਸ਼ ਤੇ ਕਰਬਲਾ ਆਈ ਡਰਾਉਣਾ ਜੰਗਲ ਆਈ ਜਿਹੜੇ ਵੇਲੇ ਇਮਾਮ ਹੁਸੈਨ ਲੈ ਸਲਾਮ ਦੋ ਮੁਹਰਮ ਜ਼ਮੀਨ ਕਰਬਲਾ ਤੇ ਆਏ ਇਮਾਮ ਹੁਸੈਨ ਲੈ ਸਲਾਮ ਬਨੀ ਅਸਦ ਦੇ ਕਬੀਲੇ ਦੇ ਲੋਕਾਂ ਨੂੰ ਬੁਲਾਇਆ ਇਮਾਮ ਫਰਮਾਇਆ ਵੀ ਇਹ ਜ਼ਮੀਨ ਮੈਂ ਖਰੀਦ ਕਰਨੀ ਚਾਹਨਾ ਲੋਕਾਂ ਨੂੰ ਪਤਾ ਲੱਗਾ ਹੈ ਕਿ ਇਮਾਮ ਹੁਸੈਨ ਲੈ ਸਲਾਮ ਨਿਵਾਸ ਹੈ ਰਸੂਲ ਨੇ ਨਬੀ ਦੇ ਦੋਸ਼ ਦੇ ਅਸਵਾਰ ਨੇ ਹੁਸੈਨ ਨੂੰ ਮਿੰਨੀ ਵਾ ਨਾਮ ਨਾਲ ਹੁਸੈਨ ਦੇ ਮਿਸਦਾਕ ਨੇ ਜਿਨ੍ਹਾਂ ਨੂੰ ਨਬੀ ਮੋੜਿਆਂ ਤੇ ਚਾ ਕੇ ਮਦੀਨੇ ਦੀਆਂ ਗਲੀਆਂ ਸਟੂਰਾਂ ਨਾਲ ਤੇ ਲੋਕਾਂ ਨੂੰ ਆਖਣ ਨਾ ਮੇਰੇ ਬਾਦ ਭੁੱਲ ਨਾ ਜਾਣਾ ਹੁਸੈਨ ਨੂੰ ਮਿੰਨੀ ਵਾ ਨਾਮ ਨਾਲ ਹੁਸੈਨ ਹੁਸੈਨ ਮੇਰੇ ਚੋਏ ਮੈਂ ਹੁਸੈਨ ਚਾਹਾਂ ਅਗਰ ਸਹਾਬਾ ਗਲੀ ਦੇ ਵਿੱਚ ਨਾ ਮਿਲਣਾ ਬਸ ਦੇ ਵਿੱਚ ਨਾ ਮਿਲਣਾ ਤੇ ਇਹ ਅੱਲਾ ਦੇ ਨਬੀ ਤੋੜ ਜਾ ਕੇ ਸਹਾਬਾ ਦੇ ਦਰਵਾਜ਼ੇ ਤੇ ਜਾ ਕੇ ਦਕਲਬਾਬ ਕਰਨਾ ਸਹਾਬਾ ਬਾਹਰ ਨਿਕਲਣਾ ਹੱਥ ਬੰਨ ਕੇ ਆਖਣਾ ਯਾ ਰਸੂਲ ਅੱਲਾ ਸਾਨੂੰ ਹੁਕਮ ਕਰੋ ਅਸੀਂ ਆ ਜਾਂਦੇ ਕਾਇਨਾਤ ਰਸੂਲ فرمایا ਨਹੀਂ ਉਹ ਤੁਸਾ ਮੈਨੂੰ ਮਿਲੇ ਨਹੀਂ ਤੇ ਮੈਂ ਕਿਹਾ ਮੈਂ ਜਾ ਕੇ ਤੋੜਦਾ ਸਾਂ ਮੇਰੇ ਬਾਦ ਪੁੱਲ ਨਾ ਜਾਣਾ ਹੁਸੈਨ ਮਿੰਨੀ ਵਾ ਅਨਾ ਮਨ ਅਲ ਹੁਸੈਨ ਹੁਸੈਨ ਮੇਰੇ ਚੋਂ ਹੈ ਮੈਂ ਹੁਸੈਨ ਚੋਂ ਆ ਜਦੋਂ ਦੋ ਮੁਹਰਮ ਇਮਾਮ ਹੁਸੈਨ ਅਲੈ ਸਲਾਮ ਕਰਬਲਾ ਦੀ ਜ਼ਮੀਨ ਤੇ ਆਏ ਨੇ ਤੇ ਇਮਾਮ ਹੁਸੈਨ ਅਲੈ ਸਲਾਮ ਦਾ ਘੋੜਾ ਆ ਕੇ ਰੁਕ ਗਿਆ ਏ ਅੱਗੇ ਕਦਮ ਨਹੀਂ ਚੁੱਕਦਾ ਵਤ ਸਵਾਰੀ ਬਦਲੀ ਫਿਰ ਘੋੜੇ ਨੇ ਅੱਗੇ ਕਦਮ ਨਹੀਂ ਚੁੱਕਿਆ ਮੁਖਤਲਿਫ ਰਿਵਾਇਤਾਂ ਨੇ ਕਈ ਦਫਾ घोड़ा बदलिया लेकिन अगर सफर नहीं करता इमाम हुसैन अलम मिट्टी चुकी अपनी हथेली रखी खुशबू लई आद ने जमीन करबला है मेरा मस्कन ए मैं ये जमीन करबला खरीद करना चाहना बना बनी असद के कबीले के लोगों ने बुलाया बादशाह फरमाया मैं जमीन खरीद करनी है इसकी कीमत मुकर्र करो इसकी क्या कीमत है बनी असद के लोग इकट्ठे हो कह दें निवास है रसूल जे वक्त दे इमाम जे अस ये जमीन तो हदिया दे दें ਤੁਹਾਨੂੰ ਤੋਹਫਾ ਦੇ ਦਿੰਨੇ ਆ ਇਹ ਜ਼ਮੀਨ ਅਸੀਂ ਤੁਹਾਨੂੰ ਹਦੀਆ ਦੇ ਦਿੰਨੇ ਆ ਇਹ ਸਾਡੇ ਕਿਸੇ ਕੰਮ ਦੀ ਨਹੀਂ ਇਹ ਬੜੀ ਡਰਾਕਲਾ ਜੰਗਲ ਏ ਇਹ ਜ਼ਮੀਨੇ ਕਰਬਲਾ ਏ ਇੱਥੇ ਆਬਾਦੀ ਨਾ ਮੁਮਕਿਨ ਏ ਤੇ ਤੁਸੀਂ ਇੱਥੇ ਨਾ ਰਵੋ ਇਹ ਬਹੁਤ ਹੀ ਖੌਫਨਾਕ ਜੰਗਲ ਏ ਇਮਾਮ فرمایا ਮੈਂ ਇਸ ਨੂੰ ਖਰੀਦ ਕਰਨਾ ਏ ਇਸ ਦੀ ਕੀਮਤ ਮੁقرਰ ਕਰੋ ਉਹਨਾਂ ਕਹਿੰਦਾ ਅੱਲਾ ਦਾ ਨਬੀ ਇਸ ਦੀ ਕੀਮਤ ਹੋ ਸਕਦੀ ਏ ਇਹ ਤਾਂ ਇੱਕ ਦਸ਼ਤੇ ਕਰਬਲਾ ਏ ਤੇ ਸਾਡੀ ਤਾਂ ਇਹ ਹੀ ਹੈ ਕਿ ਤੁਸੀਂ ਇੱਥੇ ਨਾ ਰਹੋ ਬਾਦਸ਼ਾਹ ਫਰਮਾਇਆ ਨੇ ਕੀਮਤ ਮੁਕਰਰ ਕਰੋ 60000 ਦਿਨਾਰ ਜ਼ਮੀਨ ਕਰਬਲਾ ਦੀ ਕੀਮਤ ਮੁਕਰਰ ਹੋ ਗਈ ਇਮਾਮ ਹੁਸੈਨ ਅਲੈ ਸਲਾਮ 30000 ਦਿਨਾਰ ਖੁਦ ਦਿੱਤਾ ਹੈ 30000 ਦਿਨਾਰ ਆਪਣੀ ਹਮਸ਼ੀਰਾ ਬੀਬੀ ਜ਼ੈਨਬ ਸਲਾਮੁਲਲਾ ਕੋਲੋਂ ਲੈ ਕੇ 60000 ਦਿਨਾਰ ਮੁਕੰਮਲ ਕਰਕੇ ਜਿਹੜੇ ਵੇਲੇ ਉਹਨਾਂ ਲੋਕਾਂ ਨੂੰ ਦਿੱਤਾ ਹੈ ਤੇ ਉਹਨਾਂ ਕਹੇ ਬਾਦਸ਼ਾਹ ਹੁਸੈਨ ਅਲੈ ਸਲਾਮ ਇਸ ਜ਼ਮੀਨ ਦਾ ਬੈਨਾਮਾ ਕਿੰਦੇ ਨਾ ਕਰਨਾ ਹੈ امام حسین علیہ السلام अपनी बहन दे ने। बीबी जैनब सलामुल्लाह दे कोल हर मशवरा इमाम ने अपनी हमशीरा नाल किया है बीबी दे को आए बादशाह हुसैन फरमाते पे ने मैन दसो कि इस जमीन करबला बहनामा बे तो बेटे ओन दे ना करवा तो बेटे मुहम्मद दे ना करवाव बीबी फरमाया हुसैन ये दोवें औनते मुहम्मद तेरे नौकर ने अगर जमीन करबला बहनामा करवा नहीं तो अपने पुत्र अली अकबर के ना करवाओ ਲੋ ਜ਼ਮੀਨ ਕਰਬਲਾ ਦਾ ਬੈਨਾਮਾ ਸ਼ਹਿਜ਼ਾਦਾ ਅਲੀ ਅਕਬਰ ਦੇ ਨਾਂ ਹੋ ਗਿਆ ਦੋ ਮੁਹਰਮ ਨੂੰ ਇਮਾਮ ਹੁਸੈਨ ਅਲੈ ਸਲਾਮ ਦੇ ਜ਼ਮੀਨ ਕਰਬਲਾ ਦੇ ਵਿੱਚ ਖੈਮੇ ਲੱਗ ਗਏ ਸੱਤ ਮੁਹਰਮ ਨੂੰ ਇਮਾਮ ਹੁਸੈਨ ਅਲੈ ਸਲਾਮ ਦੇ ਖੈਮਿਆਂ ਦਾ ਪਾਣੀ ਬੰਦ ਹੋ ਗਿਆ ਤਕਰੀਬਨ ਤਕਰੀਬਨ ਤਾਰੀਖ ਦਸਦੀ ਹੈ ਜੋ 9 ਲੱਖ ਫੌਜ 10 ਮੁਹਰਮ ਤੱਕ ਇਮਾਮ ਹੁਸੈਨ ਅਲੈ ਸਲਾਮ ਨੂੰ ਕਰਬਲਾ ਦੇ ਮੈਦਾਨ ਵਿੱਚ ਘੇਰ ਲਿਆ ਇਹ ਜੀ दिन के हवाले न दो मुहर्रम के हवाले करबला के हवाले नाल, मैं जितना कुछ आई वह आई थो बयान कर दिता इन अगले दिन फिर मुलाकात तो होती वाम जाकर सैयद मुकर्रम किरम।